ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਹਰਿਆਣਾ ਸਰਕਾਰ ਵਿਵਾਦਿਤ SYL ਨਹਿਰ ਦੇ ਮੁੱਦੇ ਉੱਤੇ ਪੰਜਾਬ ਦੇ ਨਾਲ ਕੋਈ ਨਵੀਂ ਗੱਲਬਾਤ ਸ਼ੁਰੂ ਨਹੀਂ ਕਰੇਗੀ, ਜਦਕਿ ਸੁਪਰੀਮ ਕੋਰਟ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕੇਂਦਰ ਸਰਕਾਰ ਨੂੰ ਦੋਨੋਂ ਰਾਜਾਂ ਦੇ ਵਿੱਚ ਸਮਾਧਾਨ ਕੱਢਣ ਦੇ ਲਈ 2 ਮਹੀਨਿਆਂ ਦਾ ਟਾਈਮ ਦਿੱਤਾ ਸੀ। ਐਲੀਟ ਸਰਵਿਸ ਤੋਂ ਬੇਕਾਰ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਪੰਜਾਬ ਸਰਕਾਰ ਪੰਜਾਬ ਕੈਡਰਸ ਦੇ IAS ਅਧਿਕਾਰੀਆਂ ਦੇ ਸਰਵਿਸ ਰਿਕਾਰਡਸ ਦੀ ਸਮੀਕਸ਼ਾ ਕਰੇਗੀ। ਅਗਲੇ ਹਫ਼ਤੇ ਇੱਕ ਬੈਠਕ ਦਾ ਆਯੋਜਨ ਕੀਤਾ ਜਾਵੇਗਾ। ਵਿਪਕਸ਼ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਉੱਤੇ ਜਲੰਧਰ ਜ਼ਿਲ੍ਹੇ ਵਿੱਚ ਖਡੂਰ ਸਾਹਿਬ ਵਿੱਚ 5 ਏਕੜ ਭੂਮੀ ਉੱਤੇ ਅਵੈਧ ਰੂਪ ਤੋਂ ਕਬਜ਼ਾ ਕਰਨ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਾਂਗਰਸ ਉੱਤੇ ਇਸ ਮਾਮਲੇ ਵਿੱਚ ਚੁੱਪੀ ਬਣਾਏ ਰੱਖਣ ਦਾ ਵੀ ਆਰੋਪ ਲਗਾਇਆ ਹੈ। NGT ਨੇ ਪੂਰੀ ਤਰ੍ਹਾਂ ਤੋਂ ਵਿਕਸਿਤ ਨੀਲਗਿਰੀ ਸ਼ੀਸ਼ਮ ਅਤੇ ਕੀਕਰ ਦੇ 24,000 ਦਰਖਤਾਂ ਨੂੰ ਹਟਾਉਣ ਦੇ ਵਿਵਾਦਾਸਪਦ ਮਾਮਲੇ ਵਿੱਚ ਸਮਨ ਜਾਰੀ ਕੀਤੇ ਹਨ। ਇਹ ਕੰਮ SED BJP ਦੇ ਸ਼ਾਸਨ ਦੇ ਦੌਰਾਨ ਇੱਕ ਪ੍ਰੋਜੈਕਟ ਦੇ ਤਹਿਤ ਕੀਤਾ ਗਿਆ ਸੀ, ਜਿਸ ਵਿੱਚ 800 ਕਿਲੋਮੀਟਰ ਲੰਬੀ ਬਿਸ ਦੁਆਬ ਨਹਿਰ ਨੂੰ ਚੌੜਾ ਕੀਤਾ ਗਿਆ ਸੀ। ਚੰਡੀਗੜ੍ਹ ਦੇ ਅਧਿਕਾਰੀਆਂ ਨੇ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਛਾਤਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲਾਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਵਿੱਚ ਪਿਛਲੇ ਹਫ਼ਤੇ 7 ਸਾਲਾਂ ਦੇ ਪ੍ਰਦਿਊਮਨ ਦੀ ਹੱਤਿਆ ਦੇ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਗਏ। ਪੰਜਾਬ ਵਿਜੀਲੈਂਸ ਬਿਊਰੋ ਨੇ ਅਮੀਰ ਖਾਸ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਆਫੀਸਰ ਦੇ ਘਰ ਤੋਂ ਹੈਰੋਇਨ, ਅਫੀਮ ਦੇ ਛਿਲਕੇ, ਆਨੰਦਦਾਇਕ ਗੋਲੀਆਂ, ਨਕਦੀ ਅਤੇ 15 ਮੋਬਾਈਲ ਬਰਾਮਦ ਕੀਤੇ ਹਨ। ਆਰੋਪੀ ਸਾਹਿਬ ਸਿੰਘ ਨੂੰ ਇੱਕ ਜਾਲ ਫੈਲਾ ਕੇ ਰੰਗੇ ਹੱਥੋਂ ਫੜਿਆ ਗਿਆ। ਛੇਤੀ ਹਰਿਆਣਾ ਦਾ ਟਾਊਨ ਐਂਡ ਕੰਟਰੀ ਪਲਾਨਿੰਗ ਡਿਪਾਰਟਮੈਂਟ ਆਵੇਦਨ, ਭੁਗਤਾਨ ਅਤੇ ਮਨਜ਼ੂਰੀ ਦੇ ਲਈ ਸਿਰਫ ਆਨਲਾਈਨ ਸੇਵਾ ਦਾ ਹੀ ਇਸਤੇਮਾਲ ਕਰੇਗਾ। ਇਸ ਤੋਂ ਲੋਕਾਂ ਨੂੰ ਆਸਾਨੀ ਹੋ ਜਾਵੇਗੀ, ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵੱਧ ਤੋਂ ਵੱਧ ਉਪਯੋਗ ਤੋਂ ਭ੍ਰਿਸ਼ਟਾਚਾਰ ਉੱਤੇ ਲਗਾਮ ਲੱਗੇਗੀ। ਵਾਇਰਲ ਡਿਜ਼ੀਜ਼ H1N1 ਨੇ ਪੰਜਾਬ ਵਿੱਚ ਪਿਛਲੇ 2 ਮਹੀਨਿਆਂ ਵਿੱਚ 48 ਲੋਕਾਂ ਦੀ ਜਾਨ ਲੈ ਲਿੱਤੀ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਨੂੰ ਇੱਕ ਗੰਭੀਰ ਸਥਿਤੀ ਦੱਸਿਆ ਹੈ। ਹਰਿਆਣਾ ਵਿੱਚ ਐਮਰਜੈਂਸੀ ਦੇ ਲਈ ਰਾਜ ਸਤਰ ਉੱਤੇ ਹੁਣ ਇੱਕ ਹੀ ਨੰਬਰ ਹੋਵੇਗਾ, ਹਰਿਆਣਾ 100। ਇਹ ਨੰਬਰ ਵਰਤਮਾਨ ਵਿੱਚ ਜ਼ਿਲ੍ਹਾ ਵਿੱਚ ਚੱਲ ਰਹੇ ਅਜਿਹੇ ਤਮਾਮ ਸੁਵਿਧਾ ਦੀ ਜਗ੍ਹਾ ਲਵੇਗਾ। ਸੈਂਟਰਲਾਈਜ਼ਡ ਪੁਲਿਸ ਐਮਰਜੈਂਸੀ ਮੈਨੇਜਮੈਂਟ ਸਿਸਟਮ ਤੋਂ ਅਪਰਾਧ ਕਰਕੇ ਭੱਜਣ ਵਾਲੇ ਅਪਰਾਧੀਆਂ ਨੂੰ ਫੌਰਨ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਅਤੇ ਪੀੜਿਤਾਂ ਨੂੰ ਫੌਰਨ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪੰਜਾਬੀ ਅਭਿਨੇਤਾ ਅਤੇ ਗਾਇਕ ਗਿੱਪੀ ਗਰੇਵਾਲ ਦਾ ਮੰਨਣਾ ਹੈ ਕਿ 15 ਸਪਟੈਂਬਰ ਨੂੰ ਬਾਲੀਵੁੱਡ ਦੀ ਫਿਲਮ ਲਖਨਊ ਸੈਂਟਰਲ ਦੀ ਰਿਲੀਜ਼ ਦੇ ਨਾਲ ਹੀ ਉਹ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। 2015 ਵਿੱਚ ਉਹਨਾਂ ਨੇ ਸੈਕਿੰਡ ਹੈਂਡ ਹਸਬੈਂਡ ਤੋਂ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ।